ਨਾ ਥੱਲੇ ਆਉਣ ਦਾ ਇਰਾਦਾ ਮੈਂ ਤੈਨੂੰ ਥੱਲੇ ਦੇਣ ਦਾ ਰੋ ਉਹ ਨਾ ਨਾ ਭਰਾ ਮੁੜ ਕੇ ਚੱਲਣਾ ਨਹੀਂ ਇਹ ਮੇਰੇ ਜੋਗਾ ਰਹਿਣਾ ਨਹੀਂ ਆਦਾ ਜਾਜਾ ਪਾਸੇ ਜੀ ਕਹਿੰਦਾ ਪਿੰਡ ਦਾ ਗੇੜਾ ਲਾਉਣਾ ਆਇਆ ਚੱਲੀ ਅੱਛਾ ਚੱਲ ਫਿਰ ਇੱਥੇ ਲਾ ਦਿੰਦੇ ਆਪਾਂ ਤੇ ਜੇਦੀ ਰੋਕੀ ਭਾਈ ਰੋਕੀ ਇੱਕ ਮਿੰਟ ਉਹ ਕੀ ਹੋ ਗਿਆ ਭੁੰਡੀ ਯਾਦਾ ਇੱਥੇ ਅੱਧੀ ਅੱਧੀ ਰਾਤ ਤੱਕ ਹਾਂ ਬਾਈ ਅੱਧੀ ਰਾਤ ਤੱਕ ਉਹ ਭਾਬੀ ਘੜਦੇ ਹੁੰਦੇ ਸੀ ਭਾਬੀ ਕਿਹਦੀ ਭਾਬੀ ਪ੍ਰੀਤ ਉਹ ਤਾਸ਼ ਬਾਈ ਤਾਸ਼ ਤਾਸ਼ ਖੇਡਦੇ ਹੁੰਦੇ ਸੀ ਅੱਜ ਪਤਾ ਲੱਗਾ ਅੱਧੀ ਅੱਧੀ ਰਾਤ ਤੱਕ ਕਿੱਥੇ ਹੁੰਦੇ ਸੀ ਅੱਜ ਤਾਂ ਫੜੀ ਗਈ ਥੋੜੀ ਚੋਰੀ ਸੁਰਜਨ ਸਿੰਘ ਦੇ ਦਿਲ ਵਿੱਚ ਨਸੀਬੋ ਦੀਆਂ ਪੁਰਾਣੀਆਂ ਯਾਦਾਂ ਫਿਰ ਤਾਜ਼ੀਆਂ ਹੋ ਗਈਆਂ ਸੀ ਕਦੇ-ਕਦੇ ਜ਼ਿੰਦਗੀ ਨੂੰ ਜਿਉਣਾ ਬਹੁਤ ਹੀ ਔਖਾ ਹੋ ਜਾਂਦਾ ਹੈ ਖਾਸ ਕਰ ਉਦੋਂ ਜਦੋਂ ਕੋਈ ਆਪਣਾ ਸਾਡੇ ਤੋਂ ਦੂਰ ਜਾਣ ਲੱਗਦਾ ਹੈ ਸੁਰਜਨ ਸਿੰਘ ਤੇ ਨਸੀਬੋ ਦਾ ਪਿਆਰ ਇੱਕ ਰੂਹ ਵਾਲਾ ਪਿਆਰ ਸੀ ਇੱਕ ਦੂਜੇ ਵਿੱਚ ਸਮਾ ਜਾਣ ਵਾਲਾ ਪਿਆਰ ਸੀ ਜ਼ਿੰਦਗੀ ਉਸ ਨੂੰ ਨਾ ਚਾਕੇ ਵੀ ਕਿਸੇ ਹੋਰ ਮੋੜ ਤੇ ਲੈ ਗਈ ਕਹਾਣੀ ਨੂੰ ਅੱਗੇ ਤੋਰਦੇ ਹਾਂ ਚੱਲਦੇ ਹਾਂ ਸੁਰਜਨ ਸਿੰਘ ਦੇ ਘਰ ਵੱਲ ਭਾਈ ਤੇਰੇ ਲਈ ਮੈਂ ਬਾਹਰੋਂ ਇੱਕ ਚੀਜ਼ ਲੈ ਕੇ ਆਇਆ ਕੀ ਲੈ ਕੇ ਆਇਆ ਛੋਟੇ ਅੰਗਰੇਜ਼ੀ ਲੈ ਕੇ ਆਇਆ ਬਾਈ ਉਹ ਮਾਰ ਗੋਲੀ ਅੰਗਰੇਜ਼ੀ ਨੂੰ ਅਜੇ ਤਾਂ ਦੇਸੀ ਹੋਈ ਚੱਲੂ ਇੱਕ ਮਿੰਟ ਲੈ ਕੇ ਆਉਂਦਾ ਮੈਂ ਠੀਕ ਆ ਬਾਈ ਲੈ ਫਿਰ ਬਲੈਤਿਆ ਤੈਨੂੰ ਅੱਜ ਦੇਸੀ ਪਿਉਣੀ ਆ ਉਹ ਦੇਖ ਲੈਨੇ ਆ ਤੁਹਾਡੀ ਦੇਸੀ ਦਾ ਵੀ ਜਲਵਾ ਕੋਈ ਨਾ ਕੋਈ ਨਾ ਥੋੜੇ ਵਾਲੀ ਅੰਗਰੇਜ਼ੀ ਦਾ ਦਿਨੇ ਜਾ ਕੇ ਨਸ਼ਾ ਕਰਦੀ ਆ ਇਹ ਤਾਂ ਪੀਤੇ ਹੀ ਚੜ ਜਾਂਦੀ ਆ ਲਾਓ ਵੀ ਮੁੜਿਓ ਬਾਈ ਲੈ ਆਈਆਂ ਦੇਸੀ ਫਿਰ ਹੈ ਇੱਕ ਮਿੰਟ ਗਲਾਸ ਤਾਂ ਲੈ ਆਈਏ ਲਾਓ ਓਏ ਯਾਰ ਗਲਾਸ ਤਾਂ ਇੱਕ ਰਹਿ ਗਿਆ ਚੱਲ ਕੋਈ ਨਾ ਭੁੰਡੀ ਨਾ ਪੀਊਗਾ ਇੱਕ ਮਿੰਟ ਓ ਲੈ ਵੀ ਭੁੰਡੀ ਕਹਨੂੰ ਨਰਾਜ਼ ਕਰਨਾ ਚੱਕ ਵੀ ਭੁੰਡੀ ਲਾਵੀ ਭੁੰਡੀ ਕਰਦੇ ਕਰਾ ਮਹੂਰਤ ਲਓ ਜੀ ਲਓ ਮੈਨੂੰ ਤਾਂ ਨੀਟ ਹੀ ਪਾ ਦੇ ਬਾਈ ਹੈ ਓਏ ਉਹ ਕੀ ਹੁੰਦਾ ਉਹ ਪਾਣੀ ਤੋਂ ਬਿਨਾ ਉਹ ਅੱਛਾ ਅਜੀਬ ਦਾ ਜ਼ੁਕੀ ਹੋਈ ਪੀਨੇ ਆ ਲਾਓ ਵੀ ਚੱਕੋ ਕਰਾਂ ਆਹ ਕੀ ਕਰਦਾ ਬਾਈ ਏ ਆਪਾਂ ਬਜ਼ੁਰਗਾਂ ਦੇ ਨਾਂ ਦੀ ਕੱਢੀ ਦੀ ਆ। ਉਹ ਹਾਂ ਉਹ ਮੇਰੀ ਰਹਿ ਗਈ ਸੀ। ਚੱਲ ਆਪਣੇ ਬਿਰਗ ਤਾਂ ਇੱਕੋ ਹੀ ਆ। ਸੱਚ ਤੋਡਾ ਬਲੈਤੀਆਂ ਵਾਲਾ ਚੀਅਰਸ ਵੀ ਰਹਿ ਗਿਆ ਸੀ। ਆ ਕਰੋ ਬਈ। ਚੀਅਰਸ। ਚੀਅਰਸ। ਬਾਈਕ ਕੋੜੀ ਬੜੀ ਯਾਰ। ਉਹ ਸਾਡੇ ਤਾਂ ਰੋਜ਼ ਦੀ ਚੱਲਦੀ ਆ। ਸਾਨੂੰ ਨਹੀਂ ਕੋੜੀ-ਕੁੜੀ ਲੱਗਦੀ। ਤਾਂ ਨਾ ਬੰਦੇ ਯਾਰ ਇੰਨੀ ਕੋੜੀ ਪੀ ਲੈਨੇ ਤੁਸੀਂ। ਉਹ ਇਹ ਤਾਂ ਜਿਵੇਂ ਜਿਵੇਂ ਅੰਦਰ ਜਾਂਦੀ ਆ ਉਵੇਂ ਹੀ ਨਸ਼ਾ ਆਉਂਦਾ ਫਿਰ ਉਵੇਂ ਹੀ ਜ਼ਰੂਰ ਚੜਦਾ ਰਾਈਟ ਰਾਈਟ ਲੈ ਦੇਖ ਲੈ ਜ਼ਰੂਰ ਇੱਧਰ ਉਹ ਪੂੰਡਿਆ ਤੇਰੇ ਦਾ ਵਾਦਾ ਰੋਗਣੀ ਆ ਪੋਣ ਚੱਕ ਪੋਣ ਦਾ ਵੀ ਪਤਾ ਲੱਗੜੋ ਹਟ ਗਿਆ ਇਹਨੂੰ ਤਾਂ ਢੇਲੀ ਦਾ ਹੋਣਾ ਇਹਦੀ ਤਾਂ ਹੋਰ ਕੀ ਤਾਂ ਹੋਣਾ ਅਬ ਬੱਜੀ ਜਾਂਦੇ ਚੱਕ ਲੈ ਪੂੰਡੀ ਕੋਈ ਜ਼ਰੂਰੀ ਗੱਲ ਹੋਊ ਚੱਕ ਲੈ ਕੀ ਦਾ ਆਪਣੀ ਵਾਲੀ ਜ਼ਲੀ ਦਾ ਕਿਚੋ ਕਿਨੂ ਦਰੂ ਨੂੰ ਬਰੇ ਦਰੂ ਰੂ ਡਰਿੰਕ ਪਾਸਟ ਪਾਸਟ ਦੇਖ ਤਾਂ ਕਿਵੇਂ ਬੂਤਾ ਲਵੜਿਆ